ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸਿੰਘ ਦਿਕਪਾਲ। ਲੁਧਿਆਣਾ ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਆਟੋ ਰਿਕਸ਼ਾ ਨੇ ਜਿਹੜੇ ਨੇ ਉਹ ਵੱਡੀ ਗਿਣਤੀ ਵਿੱਚ ਚੱਲ ਰਹੇ ਨੇ, ਤਾਂ ਕੁਝ ਤਾਂ ਆਟੋ ਰਿਕਸ਼ਾ ਆਪਣੀ ਰੋਜ਼ੀ ਰੋਟੀ ਲਈ ਕੰਮ ਕਰਦੇ ਨੇ, ਤਾਂ ਕੁਝ ਆਟੋ ਰਿਕਸ਼ਾ ਵਾਲੇ ਰਾਤ ਨੂੰ ਲੁੱਟਾ ਖੋਹਾਂ ਕਰਦੇ ਹੋਏ ਨਜ਼ਰ ਆਉਂਦੇ ਨੇ। ਤਾਂ ਹੁਣ ਜਿਹੜੇ ਲੁੱਟਾ ਖੋਹਾਂ ਕਰਦੇ ਨੇ ਆਟੋ ਵਾਲੇ, ਉਹਨਾਂ ਦੀ ਹੁਣ ਖੈਰ ਨਹੀਂ, ਕਿਉਂਕਿ ਲੁਧਿਆਣਾ ਪੁਲਿਸ ਦੇ ਵੱਲੋਂ ਇੱਕ ਐਡਵਾਈਜ਼ਰੀ ਜਿਹੜੀ ਕਿ ਜਾਰੀ ਕੀਤੀ ਗਈ ਹੈ। ਤਾਂ ਕੀ ਐਡਵਾਈਜ਼ਰੀ ਤੁਹਾਨੂੰ ਉਹ ਵੀ ਦੱਸਾਂਗੇ, ਪਹਿਲਾਂ ਤੁਹਾਨੂੰ ਇੱਕ ਆਟੋ ਰਿਕਸ਼ੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਐਡਵਾਈਜ਼ਰੀ ਕੀ ਹੈ? ਹਾਈ ਸਿਕਿਉਰਿਟੀ ਨੰਬਰ ਪਲੇਟ ਹੋਣੀ ਚਾਹੀਦੀ ਹੈ ਆਟੋ ਰਿਕਸ਼ੇ ਉੱਤੇ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਾਈ ਸਿਕਿਉਰਿਟੀ ਨੰਬਰ ਪਲੇਟ ਉਹ ਇਸ ਆਟੋ ਰਿਕਸ਼ਾ ਉੱਤੇ ਨਜ਼ਰ ਆ ਰਹੀ ਹੈ। ਜਿਸ ਤਰ੍ਹਾਂ ਦੇ ਨਾਲ ਪਰਮਿਟ ਵਾਲੀਆਂ ਟੈਕਸੀਆਂ ਦੇ ਸਾਈਡਾਂ ਦੇ ਉੱਤੇ ਨੰਬਰ ਪਲੇਟ ਲੱਗੀ ਹੁੰਦੀ ਹੈ, ਉਸੇ ਤਰ੍ਹਾਂ ਨਾਲ ਇਸ ਆਟੋ ਦੀਆਂ ਵੀ ਦੋਨੋਂ ਸਾਈਡਾਂ 'ਤੇ ਤੁਸੀਂ ਦੇਖ ਸਕਦੇ ਹੋ ਨੰਬਰ ਪਲੇਟ, ਬਕਾਇਦਾ ਜਿਹੜਾ ਡਰਾਈਵਰ ਨੂੰ ਡਰਾਈਵ ਕਰ ਰਿਹਾ ਉਹਦਾ ਨਾਮ, ਹਾਊਸ ਨੰਬਰ ਅਤੇ ਮੋਬਾਈਲ ਨੰਬਰ ਉਹ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ। ਹਾਲਾਂਕਿ ਟੈਕਸੀਆਂ ਦੇ ਵਿੱਚ ਇਕੱਲਾ ਗੱਡੀ ਨੰਬਰ ਹੀ ਮੈਂਸ਼ਨ ਕੀਤਾ ਜਾਂਦਾ, ਪਰ ਇਸ ਆਟੋ ਦੇ ਵਿੱਚ ਪੂਰਾ ਆਟੋ ਨੰਬਰ, ਨਾਮ ਅਤੇ ਐਡਰੈਸ ਤੋਂ ਇਲਾਵਾ ਫੋਨ ਨੰਬਰ ਜਿਹੜਾ ਉਹ ਵੀ ਮੈਂਸ਼ਨ ਕੀਤਾ ਗਿਆ। ਤਾਂ ਪਿੱਛੇ ਵੀ ਹਾਈ ਸਿਕਿਉਰਿਟੀ ਨੰਬਰ ਪਲੇਟ ਹੈ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਆਟੋ ਦੇ ਵਿੱਚ। ਤਾਂ ਨਾਲ ਦੀ ਨਾਲ ਰਾਈਟ ਸਾਈਡ 'ਤੇ ਤੁਹਾਨੂੰ ਦਿਖਾਵਾਂਗੇ, ਰਾਈਟ ਸਾਈਡ 'ਤੇ ਵੀ ਸਾਈਡ ਦੇ ਉੱਤੇ ਜਿਹੜੀ ਕਿ ਨੇਮ ਪਲੇਟ ਆ ਔਰ ਨੰਬਰ ਪਲੇਟ ਆ ਉਹ ਲੱਗੀ ਹੋਈ ਨਜ਼ਰ ਆ ਰਹੀ ਹੈ, ਅਤੇ ਇਸ ਦੇ ਨਾਲ ਹੀ ਅੰਦਰ ਵੀ ਇੱਕ ਨੇਮ ਪਲੇਟ ਜਿਹੜੀ ਕਿ ਉਹ ਨਜ਼ਰ ਆ ਰਹੀ ਹੈ। ਤਾਂ ਜਿਹੜੀ ਸਵਾਰੀ ਅੰਦਰ ਬੈਠੇਗੀ ਉਸਨੂੰ ਵੀ ਇਸ ਆਟੋ ਡਰਾਈਵ ਜਿਹੜਾ ਕਰ ਰਿਹਾ ਨੌਜਵਾਨ, ਉਸਦਾ ਨਾਮ, ਐਡਰੈਸ, ਫੋਨ ਨੰਬਰ ਸਾਰਾ ਕੁਝ ਇਸ ਪਲੇਟ ਦੇ ਵਿੱਚ ਮਿਲ ਜਾਏਗਾ। ਤਾਂ ਲੁਧਿਆਣਾ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਜਿੰਨੇ ਵੀ ਆਟੋ ਰਿਕਸ਼ਾ ਨੇ ਲੁਧਿਆਣੇ ਦੇ ਵਿੱਚ ਚੱਲ ਰਹੇ ਨੇ, ਉਹਨਾਂ ਨੂੰ ਯੂਨੀਫਾਰਮ ਪਾਉਣੀ ਲਾਜ਼ਮੀ ਹੋਵੇਗੀ। ਯੂਨੀਫਾਰਮ ਤੁਸੀਂ ਦੇਖ ਸਕਦੇ ਹੋ, ਔਰ ਨਾਲ ਦੀ ਨਾਲ ਨੇਮ ਪਲੇਟ ਵੀ ਲੱਗੀ ਹੋਈ ਤੁਹਾਨੂੰ ਨਜ਼ਰ ਆਏਗੀ, ਸੂਰਜ ਨਾਮ ਲਿਖਿਆ ਬਕਾਇਦਾ। ਤਾਂ ਲਾਇਸੈਂਸ ਨੰਬਰ ਹੈ ਜਿਹੜਾ ਕਿ ਉਹ ਵੀ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ। ਤਾਂ ਲੁਧਿਆਣਾ ਦੇ ਵਿੱਚ ਹੁਣ ਜਿੰਨੇ ਵੀ ਆਟੋ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਲੁਧਿਆਣਾ ਪੁਲਿਸ ਦੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਯੂਨੀਫਾਰਮ ਪਾਈ ਹੋਣੀ ਚਾਹੀਦੀ ਹੈ, ਨੇਮ ਪਲੇਟ ਲੱਗੀ ਹੋਣੀ ਚਾਹੀਦੀ ਹੈ, ਆਟੋ ਰਿਕਸ਼ਾ ਅਤੇ ਹਾਈ ਸਿਕਿਉਰਿਟੀ ਨੰਬਰ ਪਲੇਟ ਅਤੇ ਬਕਾਇਦਾ ਨਾਮ ਅਤੇ ਐਡਰੈਸ ਉਹ ਹੋਣਾ ਜ਼ਰੂਰੀ ਚਾਹੀਦਾ। 1 ਮਾਰਚ ਤੋਂ ਲੈ ਕੇ 15 ਮਾਰਚ ਜਿਹੜਾ ਇੱਕ ਸਮਾਂ ਵਾ ਉਹ ਡੈਡਲਾਈਨ ਦਾ ਦਿੱਤਾ ਗਿਆ। ਤਾਂ ਹੁਣ ਲੁਧਿਆਣਾ ਦੀਆਂ ਸੜਕਾਂ 'ਤੇ ਇਹ ਅਜਿਹੇ ਆਟੋ ਤੁਹਾਨੂੰ ਨਜ਼ਰ ਆਉਣਗੇ, ਤਾਂ ਗੱਲਬਾਤ ਵੀ ਕਰ ਲੈਂਦੇ ਹਾਂ। ਬਾਈ ਜੀ ਪੂਰੀ ਯੂਨੀਫਾਰਮ ਪਾਈ ਹੋਈ ਹੈ ਫਿਰ? ਇਹ ਭਾਈ ਸਤਿ ਸ਼੍ਰੀ ਅਕਾਲ ਜੀ, ਯੂਨੀਫਾਰਮ ਪਾਈ ਹੋਈ ਹੈ, ਕਿੰਨੀ ਦੇਰ ਤੋਂ ਆਟੋ ਦਾ ਕੰਮ ਕਰ ਰਹੇ ਹੋ? ਸਰ ਮੈਂ 8-9 ਸਾਲ ਤੋਂ ਆਟੋ ਚਲਾ ਰਿਹਾ ਜੀ। ਠੀਕ ਹੈ ਜੀ, ਅਤੇ ਇਹਦੇ ਨਾਲ ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲੇਗਾ, ਕਿਉਂ ਕਈ ਜਿਹੜੇ ਅਣਪਛਾਤੇ ਲੋਕ ਜਾਂ ਲਾ ਲਓ ਕਿ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਆ ਜਿਹੜੇ ਨਸ਼ਾ ਕਰਦੇ ਨੇ ਉਹ ਈ ਰਿਕਸ਼ਾ ਜਾਂ ਆਟੋ ਕਿਰਾਏ 'ਤੇ ਲੈ ਲੈਂਦੇ ਨੇ, ਫਿਰ ਚੋਰੀ ਦੇ ਕੰਮ ਨੂੰ ਅੰਜਾਮ ਦਿੰਦੇ ਨੇ, ਅਤੇ ਉਹਦਾ ਸਾਨੂੰ ਬਹੁਤ ਜਾਣਕ ਵਾਧਾ ਹੋਏਗਾ। ਕੰਮ ਇੱਕ ਬੰਦਾ ਕਰਦਾ, ਬਦਨਾਮ ਸਾਰੇ ਅਸੀਂ ਆਟੋ ਵਾਲੇ ਹੁੰਦੇ ਹਾਂ। ਠੀਕ ਹੈ ਜੀ, ਉਹਦਾ ਸਾਨੂੰ ਬਹੁਤ, ਤੁਸੀਂ ਗੱਲ ਕੀਤੀ ਕਿ ਸਾਰੇ ਆਟੋ ਵਾਲੇ ਖਰਾਬ ਨਹੀਂ ਹੈਗੇ, ਹਾਲਾਂਕਿ ਆਟੋ ਦਾ ਕਿੱਤਾ ਕੁਝ ਸਮੇਂ ਤੋਂ ਲੈ ਕੇ ਕਾਫੀ ਬਦਨਾਮ ਹੋ ਗਿਆ, ਕਿਉਂਕਿ ਰਾਤ ਨੂੰ ਲੁਧਿਆਣਾ ਸ਼ਹਿਰ ਵੱਡਾ ਸ਼ਹਿਰ ਹੈ, ਸਨਅਤੀ ਸ਼ਹਿਰ ਹੈ, ਵਪਾਰੀ ਆਉਂਦੇ ਨੇ ਦੂਰੋਂ ਨੇੜਿਓਂ, ਹੋਰ ਵੀ ਕਈ ਤਰ੍ਹਾਂ ਦੇ ਲੋਕ ਆਉਂਦੇ ਨੇ। ਲੁਧਿਆਣਾ ਸਟੇਸ਼ਨ ਦੀ ਗੱਲ ਕਰੀਏ, ਬੱਸ ਸਟੈਂਡ ਦੀ ਗੱਲ ਕਰੀਏ, ਤਾਂ ਕਈ ਵਾਰ ਅਮੂਮਨ ਦੇਖਣ ਨੂੰ ਮਿਲਦਾ ਕਿ ਲੋਕਾਂ ਨਾਲ ਲੁੱਟਾ ਖੋਹ ਆਟੋ ਵਾਲੇ ਕਰਦੇ ਨੇ, ਜਿਨ੍ਹਾਂ ਬਦਨਾਮ ਸਾਰੇ ਆਟੋ ਡਰਾਈਵਰ ਹੁੰਦੇ ਨੇ। ਹਾਂਜੀ ਸਰ, ਉਹ ਤਾਂ ਗੱਲ ਬਿਲਕੁਲ ਸਹੀ ਆ। ਅੱਜ ਸਰਕਾਰ ਨੇ ਜੋ ਕਮਿਸ਼ਨਰ ਸਾਹਿਬ ਨੇ ਇਹ ਜਾਰੀ ਕੀਤਾ ਹੈ, ਬਹੁਤ ਵਧੀਆ ਕੀਤਾ ਹੈ। ਇਹ ਰੂਲ ਅਨੁਸਾਰ ਸਭ ਨੂੰ ਮੰਨਣਾ ਚਾਹੀਦਾ ਹੈ, ਠੀਕ ਹੈ, ਇਹ 'ਚ ਸਾਡਾ ਹੀ ਫਾਇਦਾ ਹੈ। ਠੀਕ ਹੈ ਨਾ, ਇਹ ਕੱਲ੍ਹ 3 ਸਵਾਰੀਆਂ ਬਾਹਰੋਂ ਆਈਆਂ ਸੀਗੀਆਂ, ਮੇਰੇ ਆਟੋ 'ਚ ਬੈਠੀਆਂ ਸੀਗੀਆਂ, ਠੀਕ ਹੈ, ਅਤੇ 1 ਸਵਾਰੀ ਨੇ ਉਹ ਬੈਗ ਰੱਖਿਆ, ਉਹਨਾਂ ਨੇ ਪਿੱਛੇ ਮੈਨੂੰ ਪਤਾ ਨਹੀਂ ਲੱਗਿਆ, ਉਹਨੇ ਪਿੱਛੇ ਬੈਗ ਰੱਖਿਆ, ਉਹਨੇ ਅੰਦਰ ਮੇਰਾ ਨਾਮ ਅਤੇ ਮੇਰਾ ਨੰਬਰ, ਮੋਬਾਈਲ ਨੰਬਰ ਪੜ੍ਹ ਲਿਆ ਸੀਗਾ। ਉਹਨਾਂ ਦੀ ਮੈਨੂੰ ਕਾਲ ਆਈ, ਮੈਂ ਸਟੇਸ਼ਨ 'ਤੇ ਸਵਾਰੀ ਲਾਈ, ਮੈਂ ਵੇਰਕਾ ਮਿਲਕ ਪਾਉਣ ਪਹੁੰਚ ਗਿਆ। ਉਹਨਾਂ ਦੀ ਮੈਨੂੰ ਕਾਲ ਆਈ ਕਿ ਹਾਂਜੀ ਤੁਹਾਡੀ ਗੱਡੀ ਮੇਰਾ ਬੈਗ ਰਹਿ ਗਿਆ ਜੀ। ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ ਗੈਡ ਬੈਗ ਤੋਂ ਮੇਰੀ ਗੱਡੀ 'ਚ ਰਹਿ ਗਿਆ, ਮੈਂ ਦੇਖਿਆ ਪਿੱਛੇ ਬੈਗ ਪਿਆ ਸੀ ਬਲੈਕ ਕਲਰ ਦਾ, ਅਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਹੁਣੇ ਆ ਰਿਹਾ ਤੁਹਾਡਾ ਬੈਗ ਦੇ ਕੇ ਜਾਣਾ। ਬਹੁਤ ਵਧੀਆ ਕੀਤਾ ਜੀ ਕਮਿਸ਼ਨਰ ਸਾਹਿਬ ਨੇ ਜੋ ਵੀ ਇਹ ਲਾਗੂ ਜਾਰੀ ਕੀਤੇ ਨੇ। ਜਿਹੜੀ ਵਿੱਚ ਬੈਠੀ ਸੀ ਉਹ ਬੈਠੇ ਬੈਠੇ ਨੰਬਰ ਉਹਨਾਂ ਨੂੰ ਯਾਦ ਹੋ ਗਿਆ ਵੀ ਇਹ ਆਟੋ ਡਰਾਈਵਰ ਦਾ ਇਹ ਮੋਬਾਈਲ ਨੰਬਰ। ਹਾਂਜੀ ਹਾਂਜੀ ਹਾਂਜੀ, ਉਹ ਫਿਰ ਜਾਣ ਕੇ ਬਹੁਤ ਜਾਣ ਕੇ ਉਹਨੂੰ ਥੈਂਕ ਯੂ ਵੈਲਕਮ ਕੀਤਾ ਮੈਨੂੰ, ਅਤੇ ਬਹੁਤ ਜਾਣ ਕੇ
ਪ੍ਰੋਫਿਟ ਕੀਤਾ ਕਿ ਹਾਂਜੀ ਵਧੀਆ ਕੀਤਾ ਤੁਸੀਂ, ਕਿ ਅੰਦਰ ਲਿਖਾਇਆ ਵੀ ਹੋਇਆ, ਅਸੀਂ ਸਾਈਡਾਂ ਦੇ ਨਿੱਘੇ ਵੀ ਦੇਖ ਸਕਦੇ, ਅੰਦਰ ਬੈਠੇ ਨਿਗਾਹ ਤਾਂ ਬੰਦੇ ਦੀ ਪੈ ਹੀ ਜਾਂਦੀ ਅੰਦਰ ਸ਼ੀਸ਼ੇ ਦੇ ਉੱਪਰ। ਅੱਛਾ, ਲੁਧਿਆਣੇ ਦੀ ਗੱਲ ਕਰੀਏ, ਲੁਧਿਆਣੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਟੋ ਨੇ ਜਿਹੜੇ ਕਿ ਸੜਕਾਂ ਦੇ ਉੱਤੇ ਚੱਲ ਰਹੇ ਨੇ। ਦੇਖੋ ਜਿਵੇਂ ਤੁਸੀਂ ਕਹਿ ਕੇ ਹਟੇ, ਜਿਹੜੇ ਲੋਕ ਤਾਂ ਜੈਨੂਅਨ ਨੇ, ਜੋ ਵਾਕਈ ਆਪਣਾ ਪੇਟ ਭਰਨ ਦੇ ਲਈ, ਰੋਜੀ ਰੋਟੀ ਕਮਾਉਣ ਦੇ ਲਈ ਆਟੋ ਚਲਾਉਂਦੇ, ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਹੋਏਗੀ, ਪਰ ਜਿਹੜੇ ਸ਼ਰਾਰਤੀ ਅੰਸਰ ਉਹਨੂੰ ਲੱਗਦਾ ਉੱਤੇ ਠੱਲ ਪਏਗੀ? ਹਾਂਜੀ ਜ਼ਰੂਰ, ਬਿਲਕੁਲ ਪਏਗੀ ਜੀ। ਕੱਲ੍ਹ ਤੋਂ ਇਹਨਾਂ ਦੇ ਜਿਹੜੇ ਕਮਿਸ਼ਨਰ ਸਾਹਿਬ ਨੇ ਇਹ ਲਾਗੂ ਕੀਤਾ ਸੀਗਾ ਵੀ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਵੀ ਤੁਸੀਂ ਯੂਨੀਫੋਰਮ ਪੂਰੇ ਆਪਣੇ ਕਾਗਜ਼ ਪੱਤਰ ਪੂਰੇ ਕਰ ਲਓ, ਵੀ ਸਕਿਉਰਟੀ ਪਲੇਟ, ਲਾਇਸੈਂਸ ਨੰਬਰ ਅਤੇ RC, ਜ਼ਿਆਦਾ ਕੁਛ ਨਹੀਂ ਉਹਨਾਂ ਨੇ ਕਿਹਾ। ਇਹਦਾ ਸਾਨੂੰ ਬਹੁਤ ਫਾਇਦਾ ਹੈ। ਕੱਲ੍ਹ ਤੋਂ ਹੀ ਬਹੁਤ ਜ਼ਿਆਦਾ ਆਟੋ ਅਤੇ ਈ ਰਿਕਸ਼ਾ ਘੱਟ ਗਏ ਨੇ, ਬਹੁਤ ਜ਼ਿਆਦਾ ਘੱਟ ਗਏ ਨੇ, ਕਿਉਂਕਿ ਇੱਕ ਜਿਹਨਾਂ ਕੋਲ ਲਾਇਸੈਂਸ ਨਹੀਂ ਹੈਗਾ, ਇੱਕ ਡਰ ਤਾਂ ਫਿਰ ਹੈਗਾ ਹੀ ਆ ਭਾਅ ਜੀ ਉਹਦਾ। ਅੱਛਾ, ਲੱਗਦਾ ਕਿ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਆਟੋ ਰਿਕਸ਼ਾ ਵਾਲੇ ਡਰਾਈਵਰ ਇਹ ਜਿਹਨੇ ਜਿਹਨਾਂ ਕੋਲ ਲਾਇਸੈਂਸ ਤੱਕ ਨਹੀਂ ਹੈਗਾ? ਹਾਂਜੀ ਸਹੀ ਗੱਲ ਹੈ ਜੀ, ਕਈਆਂ ਕੋਲ ਨਹੀਂ ਹੈਗਾ ਜੀ, ਕਈਆਂ ਨੇ ਬਣਨ ਵਾਸਤੇ ਦਿੱਤੇ ਹੋਏ ਨੇ, ਠੀਕ ਹੈ ਨਾ ਜੀ, ਕਈਆਂ ਨੂੰ ਫਿਰ ਆਟੋ ਹੀ ਆਉਂਦਾ ਵਾ, ਗੱਡੀ ਆਉਂਦੀ ਨਹੀਂ ਚਲਾਉਣੀ, ਫਿਰ ਉਹ ਲਾਇਸੈਂਸ ਦਾ ਉਹਨੂੰ ਥੋੜ੍ਹਾ ਪੰਗਾ ਜਿਹਾ ਪੈਂਦਾ ਉਹਨਾਂ ਦਾ, ਬਾਕੀ ਸਭ ਕੁਝ ਠੀਕ ਹੈ ਜੀ। ਅੱਛਾ, ਜਿਵੇਂ ਹੁਣ EV ਪਾਲਿਸੀ ਆਈ ਹੈ ਸਰਕਾਰ, ਚਲੋ ਉਹਨੂੰ ਵਧਾਵਾ ਦੇ ਰਹੀ ਹੈ, ਬਹੁਤ ਵਧੀਆ ਗੱਲ ਹੈ, EV ਪਾਲਿਸੀ ਹੋਣੀ ਚਾਹੀਦੀ ਹੈ, ਪੋਲਿਊਸ਼ਨ ਦੇ ਵਿੱਚ ਘਾਟਾ ਹੋਵੇਗਾ, ਪੋਲਿਊਸ਼ਨ ਸਹੀ ਹੋਵੇਗਾ, ਪਰ ਇੱਕ ਚੀਜ਼ ਇਹ ਦੇਖਣ ਨੂੰ ਮਿਲਦੀ, ਛੋਟੇ ਛੋਟੇ ਨਿਆਣੇ ਬਹੁਤ ਯਾਨੀ ਕਿ ਰਿਕਸ਼ਾ ਲੈ ਕੇ ਤੁਰੇ ਫਿਰਦੇ ਨੇ, ਜਿਨ੍ਹਾਂ ਦੀ ਉਮਰ ਮੇਰੇ ਹਿਸਾਬ ਨਾਲ 12 ਤੋਂ 15 ਸਾਲ ਲਾ ਲਓ ਜਾਂ 16-17 ਸਾਲ ਲਾ ਲਓ, 18 ਸਾਲ ਤੋਂ ਘੱਟ ਉਮਰ ਦੇ ਨੇ ਲੋਕ ਜੋ ਸੜਕਾਂ 'ਤੇ ਬਹੁਤ ਨਜ਼ਰ ਆਉਂਦੇ ਨੇ। ਹਾਂਜੀ ਸਰ, ਉਹ ਤਾਂ ਫਿਰ ਹੈ ਹੀ ਆ, ਕਿਉਂਕਿ ਗੱਲ ਪਤਾ ਕੀ ਹੈ, ਇਹਦੇ ਵਿੱਚ ਕਿਹੜਾ ਕੋਈ ਉਹਨਾਂ ਨੇ ਗੇਅਰ ਪਾਉਣਾ ਵਾ ਜਾਂ ਕੁਛ ਕਰਨਾ, ਕਿਹੜੇ AC ਦੇਣੀ ਹੈ ਜੀ, ਇੱਕ ਹੱਥ 'ਚ ਉਹਨਾਂ ਨੇ ਫੋਨ ਲੱਗਿਆ ਹੁੰਦਾ, ਇੱਕ ਹੱਥ ਨਾਲ ਫੋਨ ਫੜਿਆ ਹੁੰਦਾ, ਚੌਂਕੜੀ ਮਾਰ ਕੇ ਬੈਠੇ ਹੁੰਦੇ, AC ਦੇਣੀ ਹੈ ਜੀ ਉਹਨਾਂ ਨੇ, ਦੇਖਦੇ ਇੱਧਰ ਨੂੰ ਆ, ਚਲਾਉਂਦੇ ਇੱਧਰ ਨੂੰ ਆ, ਜਾਣੀ ਕਿ ਉਹ 'ਚ ਵੀ ਥੋੜ੍ਹਾ ਪੁਲਿਸ ਮੁਲਾਜ਼ਮਾਂ ਨੂੰ ਕਹਿਣਾ ਚਾਹੀਦਾ ਹੈ ਵੀ ਜਿਹੜੇ ਬੱਚੇ ਨੇ 18 ਸਾਲ ਤੋਂ ਘੱਟ ਉਮਰ ਵਾਲੇ, ਇਹ ਈ ਰਿਕਸ਼ਾ ਜਾਂ ਆਟੋ ਨਾ ਚਲਾਉਣ। ਅੱਛਾ, ਹੁਣ ਇਹਦੇ ਵਾਸਤੇ ਰਿਕੁਆਇਰਮੈਂਟ ਕੀ ਹੈ ਤੁਸੀਂ ਇਹਦਾ? ਇਹਨਾਂ ਨੇ ਜੀ, ਜਿਹੜੇ ਕਮਿਸ਼ਨਰ ਸਾਹਿਬ ਨੇ ਕਿਹਾ ਜੀ, ਇੱਕ ਲਾਇਸੈਂਸ ਨੰਬਰ, ਲਾਇਸੈਂਸ ਹੋਣਾ ਚਾਹੀਦਾ ਜੀ, RC ਅਤੇ ਹਾਈ ਪਲੇਟ, ਸਕਿਉਰਟੀ ਹਾਈ ਪਲੇਟ। ਖਰਚਾ ਕਿੰਨਾ ਕੁ ਆ ਗਿਆ ਸਾਰੇ ਯੂਨੀਫੋਰਮ ਨੂੰ ਅਤੇ ਹਾਈ ਸਿਕਿਉਰਟੀ ਨੰਬਰ ਪਲੇਟ, ਜਿਹੜਾ ਸਾਈਡਾਂ ਦਾ ਨੰਬਰ ਲਿਖਾਇਆ? ਖਰਚਾ ਸਰ ਕੋਈ ਜ਼ਿਆਦਾ ਨਹੀਂ ਆਇਆ, 800 ਦੀ ਵਰਦੀ ਆਈ ਹੈ ਜੀ, 50 ਰੁਪਏ ਨੰਬਰ ਬਿਲ ਲਿੱਤੇ ਜੀ ਉਹਨਾਂ ਨੇ, 300 ਰੁਪਏ ਐਡਰੈਸ ਲਿਖਾਈ ਦਾ ਲੱਗਾ ਜੀ ਬਸ। ਅੱਛਾ, ਇਹਦੇ ਨਾਲ ਇੱਕ ਇਹ ਵੀ ਫਾਇਦਾ ਹੋਣਾ, ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਜਗ੍ਹਾ ਜਗ੍ਹਾ 'ਤੇ ਨਾਕਾਬੰਦੀ ਕੀਤੀ ਹੁੰਦੀ ਹੈ, ਕੁਛ ਆਟੋ ਵਾਲੇ ਵੀ ਕਹਿੰਦੇ ਨਜ਼ਰ ਆਏ ਵੀ ਪੁਲਿਸ ਸਾਨੂੰ ਨਜਾਇਜ਼ ਤੰਗ ਕਰਦੀ ਹੈ, ਕਿ ਲੱਗਦਾ ਕਿ ਹੁਣ ਜਿਵੇਂ ਤੁਸੀਂ ਵਰਦੀ ਪਾਈ ਹੈ ਕਿਸੇ ਪੁਲਿਸ ਵਾਲੇ ਨੇ ਟ੍ਰੈਫਿਕ ਵਾਲੇ ਰੋਕਿਆ ਹੋਵੇ ਤਾਂ ਕੀ ਅੱਗੋਂ ਰਿਸਪੋਂਸ ਰਿਹਾ ਉਹਨਾਂ? ਨਹੀਂ ਜੀ, ਕੱਲ੍ਹ ਪਹਿਲੇ ਦਿਨ ਮੈਂ ਵਰਦੀ ਪਾਈ ਅਤੇ ਮੈਨੂੰ ਪੁਲਿਸ ਵਾਲਾ ਇੰਸਪੈਕਟਰ ਸਾਹਿਬ ਨੇ ਉੱਥੇ ਦੇਖਿਆ, ਭਾਰਤੀਆਂ ਚੌਂਕ 'ਚ ਅਤੇ ਆਰਤੀ ਚੌਂਕ 'ਚ, ਦੋ ਥਾਵਾਂ 'ਤੇ ਕੱਲ੍ਹ ਮੈਨੂੰ ਦੇਖਿਆ ਉਹਨਾਂ ਨੇ, ਦੇਖ ਕੇ ਆਪੇ ਗੱਡੀ 'ਚ ਉੱਤਰ ਕੇ ਆ ਗਏ, ਕਹਿੰਦੇ ਸ਼ਾਬਾਸ਼ ਯਾਰ ਕਿ ਹਾਂ ਵੀ ਤੂੰ ਸਾਡਾ ਰੂਲ ਲਾਗੂ ਕੀਤਾ। ਅੱਛਾ, ਜਾਣੀ ਕਿ ਪੁਲਿਸ ਵਾਲੇ ਵੀ ਐਪਰੀਸ਼ੀਏਟ ਕਰ ਰਹੇ ਆ। ਹਾਂਜੀ ਹਾਂਜੀ ਹਾਂਜੀ। ਹੁਣ ਇਹ ਵੀ ਲੱਗਦਾ ਕਿ ਖੱਜਲ ਖੁਆਰੀ ਵੀ ਘੱਟ ਜਾਏ, ਕਿਉਂਕਿ ਪਹਿਲਾਂ ਦੇਖਣ ਨੂੰ ਮਿਲਦਾ ਸੀ ਕਾਗਜ਼ ਚੈੱਕ ਕਰਨੇ, ਸਭ ਕੁਝ ਕਰਨਾ, ਤਾਂ ਆਟੋ ਵਾਲੇ ਦੀ ਵੀ ਖੱਜਲ ਖੁਆਰੀ ਹੁੰਦੀ ਸੀ, ਕਿਉਂਕਿ ਪੁਲਿਸ ਨੂੰ ਵੀ ਔਖਾ ਹੁੰਦਾ ਸੀ ਵੀ ਦੇਖਣਾ ਕਿਹੜਾ ਬੰਦਾ ਜੈਨੂਅਨ ਹੈ ਜਾਂ ਕਿਹੜਾ ਬੰਦਾ ਗਲਤ ਹੈ। ਹਾਂਜੀ ਹਾਂਜੀ, ਇਹਦੇ ਬਹੁਤ ਫਰਕ ਪੈਣਾ ਭਾਅ ਜੀ, ਬਹੁਤ ਜ਼ਿਆਦਾ ਫਰਕ ਪੈਣਾ। 100 ਤੋਂ ਜਾਣ ਕੇ ਤੁਸੀਂ ਇਹ ਲਾ ਲਓ ਕਿ ਹਾਂ ਵੀ 60% ਬੰਦੇ ਇਹ ਆਟੋ ਅਤੇ ਈ ਰਿਕਸ਼ਾ ਛੱਡ ਦੇਣਗੇ। ਅੱਛਾ, ਜਿਵੇਂ ਤੁਸੀਂ ਕਹਿ ਕੇ ਹਟੇ ਹੋ ਹੁਣ ਵੀ ਜਿਵੇਂ ਅੱਜ 2 ਤਰੀਕ ਹੈ, ਠੀਕ ਹੈ ਜੀ, 1 ਤਰੀਕ ਤੋਂ ਰੂਲ ਲਾਗੂ ਹੋਇਆ, 15 ਤਰੀਕ ਡੈਡਲਾਈਨ ਰੱਖੀ ਗਈ ਹੈ ਇਹਦੀ, ਤੁਸੀਂ ਹੁਣ ਕਹਿ ਕੇ ਹਟੇ ਸੀ ਵੀ ਕਾਫੀ ਈ ਰਿਕਸ਼ਾ ਘੱਟ ਨਜ਼ਰ ਆਏ ਨੇ, ਹੁਣ ਲੱਗਦਾ ਕਿ ਟ੍ਰੈਫਿਕ ਵੀ ਘਟੇਗੀ ਤਾਂ ਜਿਹੜੇ ਗਲਤ ਅੰਸਰ ਨੇ ਉਹ ਵੀ ਰਿਕਸ਼ਾ ਨੂੰ ਘਰਾਂ 'ਚ ਖੜੇ ਕਰ ਦੇਣਗੇ ਆਪਣੇ? ਹਾਂਜੀ ਹਾਂਜੀ ਵੀਰ ਜੀ, ਕੱਲ੍ਹ 1 ਤਰੀਕ ਸੀਗੀ, ਮਾਰਚ ਦਾ ਪਹਿਲਾ ਮਹੀਨਾ ਸੀਗਾ, ਅਤੇ ਸਟੇਸ਼ਨ ਦੇ ਬਾਹਰ ਜਾਣ ਕੇ ਜਿਹੜੇ ਆਪਣੇ ਪੁਲਿਸ ਵਾਲੇ ਭਰਾ ਖੜ੍ਹੇ ਨੇ, ਉਹਨਾਂ ਨੇ ਬਹੁਤ ਈ ਰਿਕਸ਼ਾ ਅਤੇ ਆਟੋ ਬਹੁਤ ਬੰਦ ਕੀਤੇ, ਕੱਲ੍ਹ ਬਹੁਤ ਜ਼ਿਆਦਾ ਚਲਾਨ ਕੀਤੇ ਕੱਲ੍ਹ ਉਹਨਾਂ ਨੇ, ਕਿ ਜਿਹਨਾਂ ਕੋਲ ਹਾਈ ਸਕਿਉਰਟੀ ਪਲੇਟ ਵੀ ਨਹੀਂ ਸੀਗੀ ਅਤੇ ਲਾਇਸੈਂਸ ਵੀ ਨਹੀਂ ਸੀਗਾ। ਅਤੇ ਜਿਵੇਂ ਹੁਣ ਸਵਾਰੀਆਂ ਬੈਠਦੀਆਂ ਹੋਣਗੀਆਂ ਉਹ ਵੀ ਦੇਖ ਕੇ ਇੱਕ ਵਾਰ ਤਾਂ ਗੌਰ ਕਰਦੀਆਂ ਹੋਣਗੀਆਂ ਵੀ ਡਰਾਈਵਰ ਪੂਰੀ ਯੂਨੀਫੋਰਮ ਦੇ ਵਿੱਚ ਹੈ, ਨੰਬਰ ਪਲੇਟ ਲੱਗੀ, ਪੁੱਛਦੀਆਂ ਨੇ ਸਵਾਰੀਆਂ ਵੀ? ਹਾਂਜੀ ਹਾਂਜੀ, ਕੱਲ੍ਹ ਸਵਾਰੀਆਂ ਨੇ ਪੁੱਛਿਆ ਵੀ ਭਾਅ ਜੀ ਤੁਸੀਂ ਕਿਤੇ ਹੋਰ ਨੌਕਰੀ ਕਰਦੇ ਹੋ ਜੀ, ਮੈਂ ਕਿਹਾ ਜੀ ਨਹੀਂ ਜੀ, ਪੰਜਾਬ ਸਰਕਾਰ ਨੇ ਲਾਗੂ ਕੀਤਾ, ਕਮਿਸ਼ਨਰ ਸਾਹਿਬ ਨੇ
ਕਿ ਹਾਂ ਵੀ ਵਰਦੀ ਪਾਓ ਅਤੇ ਲਾਇਸੈਂਸ ਨੰਬਰ ਅਤੇ ਨਾਮ ਤੁਹਾਡਾ ਹੋਣਾ ਚਾਹੀਦਾ ਅਤੇ ਐਡਰੈਸ ਲਿਖਾਇਆ ਜੀ ਮੈਂ ਅੰਦਰ। ਕਹਿੰਦੇ ਜੀ ਅਸੀਂ ਅੰਦਰ ਤਾਂ ਸੁਣਿਆ ਨਹੀਂ ਕਿ ਅੰਦਰ ਐਡਰੈਸ ਲਿਖਾਉਣਾ। ਮੈਂ ਕਿਹਾ ਜੀ ਦੇਖੋ ਤੁਸੀਂ ਅੰਦਰ ਬੈਠੋਗੇ ਤੁਸੀਂ ਤੁਹਾਡੀ ਨਿਗਾਹ ਪਏਗੀ ਮੇਰੇ ਮੋਬਾਈਲ ਨੰਬਰ 'ਤੇ ਜਾਂ ਫਿਰ ਘਰ ਦੇ ਐਡਰੈਸ 'ਤੇ, ਤੁਹਾਡੇ ਕੋਈ ਸਮਾਨ 'ਚ ਮੇਰੀ ਗੱਡੀ 'ਚ ਰਹਿ ਜਾਂਦਾ। ਤੁਸੀਂ ਕੱਲ੍ਹ ਨੂੰ ਜੇ ਮੈਂ ਫੋਨ ਬੰਦ ਵੀ ਕਰ ਲਵਾਂ, ਵੈਸੇ ਤਾਂ ਇੱਦਾਂ ਕੋਈ ਗਲਤ ਕੰਮ ਹੈ ਨਹੀਂ, ਜੇ ਮੈਂ ਫੋਨ ਬੰਦ ਵੀ ਕਰ ਲਵਾਂ ਤੁਸੀਂ ਘੱਟ ਕੋਲ ਮੇਰੇ ਘਰੇ ਤਾਂ ਪਹੁੰਚ ਸਕਦੇ ਹੋ ਆਪਣਾ ਸਮਾਨ ਲੈਣ ਵਾਸਤੇ। ਹਾਂ ਬਿਲਕੁਲ, ਇਹ ਵੀ ਗੱਲ ਸਹੀ ਹੈ ਵੀ ਜੇਕਰ ਕਿਸੇ ਡਰਾਈਵਰ ਦੀ ਨੀਅਤ ਖਰਾਬ ਹੋ ਜਾਏ ਅਗਲਾ ਫੋਨ ਬੰਦ ਕਰ ਲਓ ਸਮਾਨ ਦੇ ਕੇ, ਪਰ ਐਡਰੈਸ ਲਿਖਿਆ ਅਗਲਾ ਘਰ ਤੱਕ ਪਹੁੰਚ ਜੂਗਾ। ਪਹੁੰਚ ਜੂਗਾ ਜੀ, ਬਿਲਕੁਲ ਜੀ ਬਿਲਕੁਲ। ਪੰਜਾਬ ਸਰਕਾਰ ਨੇ ਤਾਂ ਕਿਹਾ ਸੀਗਾ ਜੀ ਕਿ ਹਾਂ ਵੀ ਦੋਨੋਂ ਸਾਈਡਾਂ ਦੇ ਪਿੱਛੇ ਇੱਥੇ ਨੰਬਰ ਲਿਖਾਉਣੇ ਆ ਜੀ, ਅਤੇ ਇਹ ਤਾਂ ਮੈਂ ਆਪੇ ਅੰਦਰ ਜਾਣ ਕੇ ਲਿਖਾਇਆ ਕਿ ਚੱਲ ਨਹੀਂ ਯਾਰ ਕਿਸੇ ਆਪਾਂ ਕਿਸੇ ਨੂੰ ਗਰੀਬ ਮਾਰ ਕੇ ਉਹ ਕਰਨੀ ਹੈ, ਆਪਾਂ ਨੂੰ ਕਿਹੜਾ ਕੋਈ ਸ਼ੌਂਕ ਆਟੋ ਚਲਾਉਣਾ। ਕਿ ਪੱਲੋ ਲੁਧਿਆਣਾ ਪੁਲਿਸ ਨੇ ਐਡਵਾਈਜ਼ਰੀ ਕੀਤੀ ਸਾਈਡਾਂ ਦੇ, ਤਾਂ ਤੁਸੀਂ ਅੰਦਰ ਵੀ ਲਿਖਵਾ ਲਿਆ? ਹਾਂਜੀ ਹਾਂਜੀ, ਮੈਂ ਅੰਦਰ ਵੀ ਲਿਖਾ ਲਿਆ ਜੀ। ਅੱਛਾ, ਹੁਣ ਜਿਹੜੇ ਸੜਕਾਂ 'ਤੇ ਆਟੋ ਘੁੰਮ ਰਹੇ ਨੇ ਜਿਨ੍ਹਾਂ ਨੇ ਹਜੇ ਵੀ ਯੂਨੀਫਾਰਮ ਨਹੀਂ ਬਣਾਈ, ਨਾ ਨੇਮ ਪਲੇਟ ਬਣਾਈ ਹੈ, ਨਾ ਨੰਬਰ ਸਾਈਡ 'ਤੇ ਲਿਖਾ, ਉਹਨਾਂ ਨੂੰ ਕੀ ਕਹਿਣਾ ਚਾਹੋ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਕਿ ਕਮਿਸ਼ਨਰ ਸਾਹਿਬ ਨੇ ਜੋ ਇਹ ਰੂਲ ਲਾਗੂ ਕੀਤੇ ਨੇ ਅਸੀਂ ਉਹਨੂੰ ਫੋਲੋ ਕਰੀਏ, ਉਹਨਾਂ ਦੇ ਕਹਿਣ ਦੇ ਅਨੁਸਾਰ ਆਪਣੇ ਡਾਕੂਮੈਂਟ ਸਾਰੇ ਪੂਰੇ ਰੱਖੀਏ। ਬਿਲਕੁਲ, ਇੱਕ ਵਾਰ ਫਿਰ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਇਸ ਨੌਜਵਾਨ ਦੀ ਹੈ, ਸੂਰਜ ਨਾਮ ਹੈ, ਪੂਰੀ ਯੂਨੀਫਾਰਮ ਦੇ ਵਿੱਚ ਨਜ਼ਰ ਆ ਰਹੇ ਨੇ, ਨੇਮ ਪਲੇਟ ਲੱਗੀ ਹੋਈ ਹੈ, ਤਾਂ ਆਟੋ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਹਾਈ ਸਿਕਿਉਰਿਟੀ ਨੰਬਰ ਪਲੇਟ ਹੈ ਆਟੋ ਦੇ ਉੱਤੇ, ਆਟੋ ਦੇ ਉੱਤੇ ਵੀ ਹਾਈ ਸਿਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਹੈ, ਸਾਈਡਾਂ 'ਤੇ ਵੀ ਜਿਹੜਾ ਕਿ ਨੇਮ ਪਲੇਟ ਲੱਗੀ ਹੈ, ਨੰਬਰ ਪਲੇਟ ਲੱਗੀ ਹੈ, ਐਡਰੈਸ ਵੀ ਲੱਗਿਆ। ਲੁਧਿਆਣਾ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਹਾਈ ਸਿਕਿਉਰਿਟੀ ਨੰਬਰ ਪਲੇਟ ਹੋਣੀ ਚਾਹੀਦੀ ਹੈ, ਅੱਗੇ ਪਿੱਛੇ ਦੇ ਸਾਈਡਾਂ ਦਾ ਨੰਬਰ ਹੋਣਾ ਚਾਹੀਦਾ, ਪਰ ਇਸ ਨੌਜਵਾਨ ਨੇ ਆਪਦਾ ਵੀ ਦਿਮਾਗ ਲਾਇਆ, ਇੱਕ ਨੰਬਰ ਪਲੇਟ ਅੰਦਰ ਵੀ ਲਗਾ ਦਿੱਤੀ ਤਾਂ ਜੋ ਸਵਾਰੀਆਂ ਅੰਦਰ ਬੈਠਦੀਆਂ ਨੇ ਆਟੋ ਦੇ ਉਹ ਵੀ ਅੰਦਰ ਡਰਾਈਵਰ ਦਾ ਨਾਮ, ਐਡਰੈਸ ਅਤੇ ਫੋਨ ਨੰਬਰ ਪੜ੍ਹ ਸਕਣ। ਤਾਂ ਇਸ ਦੇ ਨਾਲ ਜਿਵੇਂ ਲੁੱਟਾਂ ਖੋਹਾਂ ਦੇ ਵਿੱਚ ਕਮੀ ਦੇਖਣ ਨੂੰ ਮਿਲੇਗੀ, ਤਾਂ ਜਿਵੇਂ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਜਿਵੇਂ ਸਵਾਰੀਆਂ ਨੇ ਜਾਣਾ ਹੁੰਦਾ ਰੇਲਵੇ ਸਟੇਸ਼ਨ ਜਾਂ ਫਿਰ ਬੱਸ ਸਟੈਂਡ, ਤਾਂ ਅਕਸਰ ਕਾਹਲੀ ਦੇ ਵਿੱਚ ਹੁੰਦੇ ਨੇ, ਲੋਕ ਤਾਂ ਆਪਣਾ ਸਮਾਨ ਆ ਜਿਹੜਾ ਕਿ ਆਟੋ ਦੇ ਵਿੱਚ ਭੁੱਲ ਜਾਂਦੇ ਨੇ, ਤਾਂ ਕਾਫੀ ਜਦੋਂ ਜਹਿਦ ਕਰਨੀ ਪੈਂਦੀ। ਕਈ ਵਾਰ ਤਾਂ ਅਚਾਨਕ ਅੱਖਾਂ ਮੂਹਰੇ ਆਟੋ ਆ ਜਾਂਦਾ ਤਾਂ ਸਮਾਨ ਮਿਲ ਜਾਂਦਾ, ਅਤੇ ਕਈ ਵਾਰ ਉਹ ਸਮਾਨ ਜਿਹੜਾ ਕਿ ਚਾਹੇ ਉਹ ਕੱਪੜੇ ਹੋਣ ਜਾਂ ਫਿਰ ਜ਼ਰੂਰੀ ਸਮਾਨ ਹੋਵੇ ਉਹ ਉਹਨਾਂ ਦਾ ਆਟੋ ਵਿੱਚ ਹੀ ਰਹਿ ਜਾਂਦਾ। ਪਰ ਹੁਣ ਜਿਵੇਂ ਨੌਜਵਾਨ ਦੱਸ ਕੇ ਹਟੇ ਵੀ ਸਵਾਰੀ ਬੈਠੀ ਸੀਗੀ, ਉਹ ਸਵਾਰੀਆਂ ਦਾ ਬੈਗ ਰਹਿ ਗਿਆ ਅੰਦਰ, ਉਹਨਾਂ ਨੰਬਰ ਨਾਮ ਪੜ੍ਹ ਲਿਆ ਸੀਗਾ, ਫੋਨ ਨੰਬਰ ਪੜ੍ਹ ਲਿਆ ਸੀ, ਫੋਨ ਨੰਬਰ ਕਰਕੇ ਉਹਨਾਂ ਨੇ ਕਿਹਾ ਵੀ ਸਾਡਾ ਬੈਗ ਹੈ ਤੁਹਾਡੇ ਆਟੋ ਦੇ ਵਿੱਚ ਰਹਿ ਗਿਆ, ਤਾਂ ਡਰਾਈਵਰ ਉਹਨਾਂ ਦਾ ਬੈਗ ਹੈ ਜਿਹੜਾ ਕਿ ਉਹ ਵਾਪਸ ਕਰਕੇ ਆਇਆ, ਅਤੇ ਸਵਾਰੀਆਂ ਦੇ ਵੱਲੋਂ ਐਪਰੀਸ਼ੀਏਟ ਵੀ ਕੀਤਾ ਗਿਆ। ਔਰ ਨਾਲ ਹੀ ਪੁਲਿਸ ਵਾਲੇ ਵੀ ਕਹਿ ਰਹੇ ਨੇ ਕਿ ਵਧੀਆ ਗੱਲ ਹੈ, ਤੁਸੀਂ ਸਾਡੇ ਜਿਹੜੇ ਕਿ ਰੂਲ ਨੇ ਅਪਣਾ ਰਹੇ। ਹੁਣ ਲੁਧਿਆਣਾ ਦੇ ਵਿੱਚ ਆਟੋ ਜਿਹੜੇ ਨੇ ਉਹ ਨੌਜਵਾਨ ਦੇ ਵੀ ਕਹਿਣਾ ਕਿ ਇੱਕ ਦੋ ਦਿਨਾਂ ਦੇ ਵਿੱਚ ਹੀ ਕਾਫੀ ਜਿਹੜੇ ਘੱਟ ਨੇ ਉਹ ਨਜ਼ਰ ਆਏ ਨੇ, ਤਾਂ ਹੁਣ 15 ਤਰੀਕ ਹੈ ਜਿਹੜੀ ਕਿ ਡੈਡਲਾਈਨ ਰੱਖੀ ਗਈ ਹੈ, ਤਾਂ ਦੇਖਣਾ ਹੋਵੇਗਾ 15 ਤਰੀਕ ਤੱਕ ਹੋਰ ਜਿਹੜੇ ਕਿੰਨੇ ਆਟੋ ਡਰਾਈਵਰ ਨੇ ਲੁਧਿਆਣਾ ਪੁਲਿਸ ਦਾ ਰੂਲ ਉਹ ਲਾਗੂ ਕਰਨਗੇ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾਂ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਚ ਸਮਾਧਾਨ। ਫ੍ਰੀ 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 ਆਰ ਕੇ ਤਾਂਤਰਿਕ, ਮੋਬਾਈਲ 9518855093, 7105 98 475, ਪਤਾ ਪੰਜਾਬ।